ਬੇਸ਼ੱਕ ਇਹਦੇ ਬਾਰੇ ਪੁਖਤਾ ਸਬੂਤ ਨਹੀਂ ਮਿਲਦੇ, ਪਰ ਫਿਰ ਵੀ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਬ੍ਰਹਿਮੰਡ ਇੰਨਾ ਜ਼ਿਆਦਾ ਵੱਡਾ ਹੈ ਜਿਸ ਦੇ ਵਿੱਚ ਆਪਣੀ ਧਰਤੀ ਵਾਂਗ ਹੋਰ ਵੀ ਕਈ ਜਗ੍ਹਾ ਤੇ ਜੀਵਨ ਮੌਜੂਦ ਹੈ। ਮਤਲਬ ਹੋ ਸਕਦਾ ਕਿ ਆਪਣੇ ਤੋਂ ਕਾਫੀ ਜ਼ਿਆਦਾ ਦੂਰ ਕਿਸੇ ਹੋਰ ਗ੍ਰਹਿ ਤੇ ਵੀ ਲੋਕ ਰਹਿ ਰਹੇ ਹੋਣ, ਜਿਨ੍ਹਾਂ ਬਾਰੇ ਆਪਾਂ ਹੁਣ ਤੱਕ ਨਹੀਂ ਜਾਣ ਪਾਏ, ਪਰ ਵਿਗਿਆਨਕ ਇਸ ਨੂੰ ਪੈਰਲਲ ਯੂਨੀਵਰਸ ਕਹਿੰਦੇ ਨੇ। ਬੇਸ਼ੱਕ ਇਹਦੇ ਹੋਣ ਬਾਰੇ ਅੱਜ ਸਾਡੇ ਕੋਲ ਕੋਈ ਵੀ ਸਬੂਤ ਨਹੀਂ ਹੈਗਾ, ਪਰ 1954 ਵਿੱਚ ਇੱਕ ਇਹੋ ਜਿਹੀ ਘਟਨਾ ਹੋ ਚੁੱਕੀ ਹੈ ਜਿਸ ਦੇ ਬਾਰੇ ਜਾਣ ਕੇ ਤੁਸੀਂ ਪੈਰਲਲ ਯੂਨੀਵਰਸ ਬਾਰੇ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਸੱਚਮੁੱਚ ਕਿਸੇ ਹੋਰ ਗ੍ਰਹਿ ਤੇ ਲੋਕ ਰਹਿੰਦੇ ਹੋ ਸਕਦੇ ਨੇ। ਜਪਾਨ ਵਿੱਚ ਵਾਪਰੀ ਇਹ ਘਟਨਾ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਤੁਸੀਂ ਆਪਣੇ ਦੇਸ਼ ਵਿੱਚ ਗੁੰਮ ਹੋਏ ਲੋਕ ਤਾਂ ਕਈ ਵਾਰ ਦੇਖੇ ਹੋਣਗੇ, ਪਰ 1954 ਵਿੱਚ ਜਪਾਨ ਦੇ ਇੱਕ ਏਅਰਪੋਰਟ ਤੇ ਕਿਸੇ ਹੋਰ ਗ੍ਰਹਿ ਤੋਂ ਗੁੰਮ ਹੋਇਆ ਬੰਦਾ ਪਹੁੰਚਿਆ ਜਿਸ ਦੇ ਕੋਲ ਵੀਜ਼ਾ, ਪਾਸਪੋਰਟ ਤੇ ਹੋਰ ਵੀ ਕਈ ਚੀਜ਼ਾਂ ਮੌਜੂਦ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਉਹ ਇਹੋ ਜਿਹੇ ਦੇਸ਼ ਤੋਂ ਆਇਆ ਸੀ ਜੋ ਆਪਣੀ ਧਰਤੀ ਤੇ ਮੌਜੂਦ ਹੀ ਨਹੀਂ, ਤੇ ਬਾਅਦ ਵਿੱਚ ਇਹੋ ਜਿਹੇ ਤਰੀਕੇ ਨਾਲ ਗਾਇਬ ਹੋਇਆ ਕਿ ਉਸਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। ਇਹ ਘਟਨਾ ਨੂੰ ਵਾਪਰੇ ਅੱਜ 70 ਸਾਲ ਹੋ ਚੁੱਕੇ ਨੇ, ਪਰ ਇਸ ਨੂੰ ਅੱਜ ਵੀ ਦੁਨੀਆ ਦੀਆਂ ਅਣਸੁਲਝੀਆਂ ਕਹਾਣੀਆਂ ਵਿੱਚ ਰੱਖਿਆ ਗਿਆ। ਤਾਂ ਤੁਹਾਡਾ ਸਵਾਗਤ ਹੈ ਪੰਜਾਬ ਟਾਕਸ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਇਹ ਰਹੱਸਮਈ ਘਟਨਾ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਹੋਣ ਵਾਲੇ। ਗੱਲ ਹੈ ਜੁਲਾਈ 1954 ਦੀ। ਜਪਾਨ ਦੀ ਰਾਜਧਾਨੀ ਟੋਕੀਓ ਦੇ ਹੈਨੇਡਾ ਏਅਰਪੋਰਟ ਤੇ ਯੂਰਪੀਅਨ ਏਅਰਲਾਈਨਸ ਦੇ ਇੱਕ ਜਹਾਜ਼ ਨੇ ਲੈਂਡ ਕੀਤਾ। ਹੈਨੇਡਾ ਏਅਰਪੋਰਟ ਨੂੰ ਦੁਨੀਆ ਦੇ ਸਭ ਤੋਂ ਵਧੀਆ ਹਵਾਈ ਅੱਡਿਆਂ ਵਿੱਚੋਂ ਇੱਕ ਮੰਨਿਆ ਜਾਂਦਾ। ਅੱਜ ਤੁਹਾਨੂੰ ਇਹ ਏਅਰਪੋਰਟ ਤੇ ਹਰ ਸਹੂਲਤ ਮਿਲ ਜਾਵੇਗੀ, ਪਰ ਉਹ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਦਾ ਸਮਾਂ ਸੀ ਜਦੋਂ ਜਪਾਨ ਹੌਲੀ ਹੌਲੀ ਵਿਕਾਸ ਕਰ ਰਿਹਾ ਸੀ। ਤਾਂ ਸਾਰੇ ਯਾਤਰੀ ਜਹਾਜ਼ ਵਿੱਚੋਂ ਹੇਠਾਂ ਉਤਰੇ ਤੇ ਚੈੱਕਆਊਟ ਕਾਊਂਟਰ ਤੇ ਪਹੁੰਚੇ, ਜਿੱਥੇ ਸਿਕਿਉਰਿਟੀ ਆਫੀਸਰਸ ਇੱਕ ਇੱਕ ਕਰਕੇ ਸਾਰੇ ਯਾਤਰੀਆਂ ਦੇ ਪਾਸਪੋਰਟ ਵਗੈਰਾ ਚੈੱਕ ਕਰ ਰਹੇ ਸੀ। ਇਸੇ ਤਰ੍ਹਾਂ ਚੈਕਿੰਗ ਕਰਦੇ ਹੋਏ ਇੱਕ ਇਹੋ ਜਿਹੇ ਯਾਤਰੀ ਦੀ ਵਾਰੀ ਆਈ ਜਿਸ ਦਾ ਨਾਮ ਸੀ ਬਰਹੋਡਰਿਕ ਜੈਨਫਰ। ਉਸਦਾ ਪਾਸਪੋਰਟ ਦੇਖ ਕੇ ਸਿਕਿਉਰਿਟੀ ਆਫੀਸਰਸ ਹੈਰਾਨ ਰਹਿ ਗਏ, ਕਿਉਂਕਿ ਉਹ ਟੌਰਿਡ ਨਾਮ ਦੇ ਦੇਸ਼ ਤੋਂ ਆਇਆ ਸੀ, ਇੱਕ ਇਹੋ ਜਿਹਾ ਦੇਸ਼ ਜੋ ਆਪਣੀ ਧਰਤੀ ਤੇ ਮੌਜੂਦ ਹੀ ਨਹੀਂ ਹੈਗਾ। ਦੁਨੀਆ ਵਿੱਚ 195 ਅਲੱਗ ਅਲੱਗ ਦੇਸ਼ ਨੇ ਜਿਨ੍ਹਾਂ ਵਿੱਚੋਂ ਕੁਝ ਦਾ ਨਾਮ ਤਾਂ ਤੁਹਾਡੇ ਵੀ ਯਾਦ ਹੋਵੇਗਾ, ਪਰ ਕਈ ਦੇਸ਼ ਇੰਨੇ ਜ਼ਿਆਦਾ ਛੋਟੇ ਹੁੰਦੇ ਨੇ ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ। ਤਾਂ ਇਹੋ ਜਿਹੇ ਦੇਸ਼ਾਂ ਬਾਰੇ ਪਤਾ ਲਗਾਉਣ ਲਈ ਨਕਸ਼ੇ ਦਾ ਸਹਾਰਾ ਲਿਆ ਜਾਂਦਾ, ਪਰ ਕਮਾਲ ਦੀ ਗੱਲ ਹੈ ਕਿ ਆਪਣੀ ਧਰਤੀ ਤੇ ਕਿਸੇ ਵੀ ਦੇਸ਼ ਦਾ ਨਾਮ ਟੌਰਿਡ ਨਹੀਂ ਹੈਗਾ, ਨਾ ਹੀ ਕਿਸੇ ਸ਼ਹਿਰ ਜਾਂ ਕਸਬੇ ਦਾ ਨਾਮ ਹੈ। ਉਹ ਵਿਅਕਤੀ ਦੇ ਹੁਲੀਏ ਦੀ ਗੱਲ ਕਰੀਏ ਤਾਂ ਰੰਗ ਗੋਰਾ ਤੇ ਭਰਮੀ ਦਾੜੀ ਦੇਖਣ ਨੂੰ ਫ੍ਰੈਂਚ ਲੋਕਾਂ ਵਰਗਾ ਲੱਗਦਾ ਸੀ। ਉਸਦੇ ਪਾਸਪੋਰਟ ਤੇ ਕਈ ਦੇਸ਼ਾਂ ਦੇ ਸਟੈਂਪ ਵੀ ਲੱਗੇ ਹੋਏ ਸੀ, ਜਿਸ ਦਾ ਮਤਲਬ ਸਾਫ਼ ਸੀ ਕਿ ਉਹ ਬੰਦਾ ਅਕਸਰ ਹੀ ਅਲੱਗ ਅਲੱਗ ਦੇਸ਼ਾਂ ਵਿੱਚ ਘੁੰਮਦਾ ਰਹਿੰਦਾ। ਜਿਹੜੇ ਦੇਸ਼ਾਂ ਦੇ ਸਟੈਂਪ ਉਸਦੇ ਪਾਸਪੋਰਟ ਤੇ ਲੱਗੇ ਹੋਏ ਸੀ ਉਹ ਆਪਣੀ ਧਰਤੀ ਦੇ ਹੀ ਅਲੱਗ ਅਲੱਗ ਦੇਸ਼ ਸੀ, ਪਰ ਜਿਹੜੇ ਦੇਸ਼ ਤੋਂ ਉਹ ਬੰਦਾ ਆਇਆ ਸੀ ਤੇ ਜਿਸ ਦੇਸ਼ ਦਾ ਪਾਸਪੋਰਟ ਉਸਦੇ ਕੋਲ ਸੀ ਉਸਨੇ ਸਭ ਨੂੰ ਹੈਰਾਨ ਕੀਤਾ ਹੋਇਆ ਸੀ। ਪਰ ਉਹ ਵਿਅਕਤੀ ਦੇ ਮੁਤਾਬਕ ਉਹ ਉਸੇ ਸਾਲ ਹੀ ਤੀਸਰੀ ਵਾਰ ਜਪਾਨ ਆ ਰਿਹਾ ਸੀ ਤੇ ਉਸਨੂੰ ਜਪਾਨੀ ਭਾਸ਼ਾ ਵੀ ਚੰਗੀ ਤਰ੍ਹਾਂ ਆਉਂਦੀ ਸੀ। ਅਧਿਕਾਰੀਆਂ ਨੇ ਉਸ ਤੋਂ ਹੋਰ ਪੁੱਛਤਾਛ ਕੀਤੀ ਤਾਂ ਪਤਾ ਲੱਗਿਆ ਕਿ ਉਹ ਇੱਕ ਬਿਜ਼ਨਸਮੈਨ ਸੀ ਤੇ ਕੰਮਕਾਜ ਦੇ ਸਿਲਸਿਲੇ ਵਿੱਚ ਜਪਾਨ ਆਇਆ ਸੀ। ਉਸ ਕੋਲੋਂ ਕੁਝ ਸਮਾਨ ਵੀ ਮਿਲਿਆ, ਜਿਵੇਂ ਇੱਕ ਰੈਸਟੋਰੈਂਟ ਦੀ ਬੁਕਿੰਗ ਸਲਿੱਪ। ਮਤਲਬ ਉਸਨੇ ਰਹਿਣ ਲਈ ਪਹਿਲਾਂ ਤੋਂ ਹੀ ਇੱਥੇ ਰੂਮ ਬੁੱਕ ਕਰਵਾਇਆ ਹੋਇਆ ਸੀ ਤੇ ਜਿਸ ਹੋਟਲ ਵਿੱਚ ਉਸਨੇ ਰੂਮ ਬੁੱਕ ਕਰਵਾਇਆ ਸੀ ਉਹ ਜਪਾਨ ਵਿੱਚ ਸੱਚਮੁੱਚ ਮੌਜੂਦ ਸੀ। ਉਸ ਕੋਲੋਂ ਜਪਾਨ ਦੀ ਇੱਕ ਕੰਪਨੀ ਨਾਲ ਮੀਟਿੰਗ ਦਾ ਅਪੁਆਇੰਟਮੈਂਟ ਲੈਟਰ ਵੀ ਮਿਲਿਆ। ਹੈਰਾਨੀ ਵਾਲੀ ਗੱਲ ਸੀ ਕਿ ਉਹ ਕੰਪਨੀ ਵੀ ਸੱਚਮੁੱਚ ਜਪਾਨ ਵਿੱਚ ਮੌਜੂਦ ਸੀ। ਤਾਂ ਇਸ ਤੋਂ ਬਾਅਦ ਅਧਿਕਾਰੀ ਜਾਂਚ ਕਰਨ ਲਈ ਪਹਿਲਾਂ ਹੋਟਲ ਵਿੱਚ ਗਏ ਜਿੱਥੇ ਉਸਨੇ ਰੂਮ ਬੁੱਕ ਕਰਵਾਇਆ ਹੋਇਆ ਸੀ। ਤਾਂ ਪਤਾ ਲੱਗਿਆ ਕਿ ਉਸਦੇ ਨਾਮ ਤੇ ਇੱਥੇ ਕੋਈ ਵੀ ਕਮਰਾ ਬੁੱਕ ਨਹੀਂ ਕੀਤਾ ਹੋਇਆ। ਫਿਰ ਉਹ ਉਸ ਕੰਪਨੀ ਕੋਲ ਗਏ ਜਿੱਥੇ ਉਸ ਵਿਅਕਤੀ ਨੇ ਮੀਟਿੰਗ ਕਰਨੀ ਸੀ। ਤਾਂ ਹੈਰਾਨੀ ਵਾਲੀ ਗੱਲ ਸਾਹਮਣੇ ਆਈ, ਕਿਉਂਕਿ ਉਹ ਕੰਪਨੀ ਵੀ ਉਹ ਵਿਅਕਤੀ ਨੂੰ ਨਹੀਂ ਜਾਣਦੀ ਸੀ। ਤਾਂ ਏਅਰਪੋਰਟ ਅਧਿਕਾਰੀਆਂ ਨੂੰ ਟੌਰਿਡ ਦੇਸ਼ ਤੋਂ ਆਏ ਉਹ ਬੰਦੇ ਤੇ ਸ਼ੱਕ ਇਹੀ ਹੋ ਰਿਹਾ ਸੀ ਕਿ ਉਹ ਕੋਈ ਧੋਖਾਧੜੀ ਕਰਨ ਵਾਲਾ ਬੰਦਾ ਹੈ ਜੋ ਗਲਤ ਤਰੀਕੇ ਨਾਲ ਜਪਾਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ। ਪਰ ਉਹ ਬੰਦਾ ਬਾਰ ਬਾਰ ਇਹੀ ਕਹਿ ਰਿਹਾ ਸੀ ਕਿ ਉਹ ਟੌਰਿਡ ਨਾਮ ਦੇ ਦੇਸ਼ ਤੋਂ ਹੀ ਆਇਆ ਤੇ ਉਸੇ ਦੇਸ਼ ਦਾ ਉਸਦੇ ਕੋਲ ਪਾਸਪੋਰਟ ਵੀ ਹੈ ਤੇ ਉਹ ਕੋਈ ਫਰੌਡ ਨਹੀਂ ਹੈਗਾ। ਤਾਂ ਅਧਿਕਾਰੀਆਂ ਨੇ ਉਸਦੇ ਸਾਹਮਣੇ ਦੁਨੀਆ ਦਾ ਨਕਸ਼ਾ ਰੱਖ ਦਿੱਤਾ ਕਿ ਉਹ ਖੁਦ ਦੱਸੇ ਕਿ ਟੌਰਿਡ ਨਾਮ ਦਾ ਦੇਸ਼ ਹੈ ਕਿੱਥੇ। ਤਾਂ ਉਹ ਵਿਅਕਤੀ ਨੇ ਫਰਾਂਸ ਤੇ ਸਪੇਨ ਦੇ ਵਿਚਕਾਰ ਪੈਂਦੇ ਇੱਕ ਬਿਲਕੁਲ ਛੋਟੇ ਜਿਹੇ ਦੇਸ਼ ਵੱਲ ਇਸ਼ਾਰਾ ਕੀਤਾ ਜਿਸ ਦਾ ਨਾਮ ਹੈ ਅੰਡੋਰਾ। ਇਹ ਇੱਕ ਛੋਟਾ ਜਿਹਾ ਦੇਸ਼ ਹੈ, ਪਰ ਟੌਰਿਡ ਤੇ ਅੰਡੋਰਾ ਵਿੱਚ ਤਾਂ ਕਾਫੀ ਅੰਤਰ ਹੈ। ਤਾਂ ਅਧਿਕਾਰੀਆਂ ਨੇ
ਦੇਸ਼ ਵਿੱਚ ਪੈਂਦੇ ਹਰ ਵੱਡੇ ਛੋਟੇ ਪਿੰਡ ਸ਼ਹਿਰ ਦੀ ਤਲਾਸ਼ ਕੀਤੀ ਜਿਸ ਦਾ ਨਾਮ ਟੋਰਿਡ ਹੋਵੇ, ਪਰ ਉਹਨਾਂ ਨੂੰ ਅੰਡੋਰਾ ਦੇਸ਼ ਤਾਂ ਛੱਡੋ, ਪੂਰੀ ਦੁਨੀਆ ਵਿੱਚ ਵੀ ਕੋਈ ਅਜਿਹੀ ਜਗ੍ਹਾ ਨਹੀਂ ਮਿਲੀ ਜਿਸ ਦਾ ਨਾਮ ਟੋਰਿਡ ਹੋਵੇ। ਹੁਣ ਸਾਰੇ ਅਧਿਕਾਰੀ ਉਹ ਵਿਅਕਤੀ ਵੱਲ ਦੇਖ ਕੇ ਹੈਰਾਨ ਸੀ, ਤਾਂ ਅਧਿਕਾਰੀਆਂ ਨੇ ਅੱਗੇ ਦੀ ਜਾਂਚ ਕਰਨ ਲਈ ਉਸ ਨੂੰ ਇੱਕ ਹੋਟਲ ਦੇ ਕਮਰੇ ਵਿੱਚ ਬੜੀ ਨਿਗਰਾਨੀ ਨਾਲ ਰੱਖਿਆ ਗਿਆ ਤੇ ਇਹ ਮੁਸ਼ਕਲ ਦਾ ਹੱਲ ਲੱਭਣ ਵਿੱਚ ਜੁਟ ਗਏ। ਉਹ ਵਿਅਕਤੀ ਕੋਲੋਂ ਜਿੰਨੇ ਵੀ ਡਾਕੂਮੈਂਟਸ ਮਿਲੇ ਸੀ ਉਹਨਾਂ ਨੂੰ ਵੀ ਜਾਂਚ ਪੂਰੀ ਹੋਣ ਤੱਕ ਅਲੱਗ ਤੋਂ ਸੁਰੱਖਿਅਤ ਰੱਖ ਲਿਆ ਗਿਆ। ਉਸ ਨੂੰ ਕਈ ਮੰਜ਼ਿਲਾ ਉੱਚੀ ਇਮਾਰਤ ਵਿੱਚ ਰੱਖਿਆ ਗਿਆ ਸੀ, ਤਾਂ ਕਿਸੇ ਖਿੜਕੀ ਵਿੱਚੋਂ ਬਾਹਰ ਲੰਘਣਾ ਵੀ ਮੁਸ਼ਕਲ ਸੀ ਤੇ ਬਾਹਰ ਦਰਵਾਜ਼ੇ ਤੇ ਸਿਕਿਉਰਿਟੀ ਮੌਜੂਦ ਸੀ। ਅਗਲੀ ਸਵੇਰ ਜਦੋਂ ਜਾਂਚ ਕਰਨ ਲਈ ਉਸਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਸਭ ਹੈਰਾਨ ਰਹਿ ਗਏ, ਕਿਉਂਕਿ ਅੰਦਰ ਕੋਈ ਹੈ ਹੀ ਨਹੀਂ ਸੀ। ਕਮਰੇ ਨੂੰ ਚੰਗੀ ਤਰ੍ਹਾਂ ਫਰੋਲਿਆ ਗਿਆ ਪਰ ਉਸ ਵਿਅਕਤੀ ਦਾ ਨਾਮੋ ਨਿਸ਼ਾਨ ਨਹੀਂ ਮਿਲਿਆ। ਇੱਥੋਂ ਤੱਕ ਕਿ ਉਸਦੇ ਕੋਲ ਮਿਲੇ ਜਿੰਨੇ ਵੀ ਡਾਕੂਮੈਂਟਸ ਅਧਿਕਾਰੀਆਂ ਦੇ ਕੋਲ ਸੀ ਉਹ ਵੀ ਗਾਇਬ ਸੀ। ਤਾਂ ਵੱਡਾ ਸਵਾਲ ਖੜਾ ਹੋ ਜਾਂਦਾ ਕਿ ਆਖਿਰ ਉਹ ਇਨਸਾਨ ਚਲਾ ਕਿੱਥੇ ਗਿਆ। ਇਸ ਸਵਾਲ ਦਾ ਜਵਾਬ ਅੱਜ 70 ਸਾਲ ਬੀਤਣ ਤੋਂ ਬਾਅਦ ਵੀ ਨਹੀਂ ਮਿਲਿਆ। ਇਹ ਕਹਾਣੀ ਦਾ ਕੋਈ ਸਬੂਤ ਵੀ ਨਹੀਂ ਮਿਲਦਾ, ਕਿਉਂਕਿ ਕਹਾਣੀ ਮੁਤਾਬਕ ਕੋਈ ਸਬੂਤ ਬਚੇ ਹੀ ਨਹੀਂ ਜਿਸ ਨੂੰ ਦਿਖਾਇਆ ਜਾ ਸਕੇ। ਪਰ ਬਾਅਦ ਵਿੱਚ ਡਾਇਰੈਕਟਰੀ ਆਫ ਪੋਸੀਬਿਲਟੀਜ਼ ਨਾਮ ਦੀ ਇੱਕ ਕਿਤਾਬ ਛਪਦੀ ਹੈ ਜਿਸ ਦੇ ਵਿੱਚ ਇਹ ਘਟਨਾ ਦਾ ਜ਼ਿਕਰ ਕੀਤਾ ਗਿਆ ਤੇ ਸਾਬਿਤ ਕੀਤਾ ਗਿਆ ਕਿ ਸੱਚਮੁੱਚ ਇਸ ਤਰ੍ਹਾਂ ਦੀ ਘਟਨਾ ਵਾਪਰ ਸਕਦੀ ਹੈ, ਜਿਸ ਨੇ ਸਭ ਨੂੰ ਇਹ ਘਟਨਾ ਤੇ ਯਕੀਨ ਕਰਨ ਲਈ ਮਜਬੂਰ ਕਰ ਦਿੱਤਾ। ਉਸ ਤੇ ਵੀ ਆਵਾਂਗੇ, ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਇਹ ਰਹੱਸ ਨੂੰ ਸੁਲਝਾਉਣ ਲਈ ਪਹਿਲਾਂ ਇਹੀ ਕਿਹਾ ਗਿਆ ਕਿ ਉਹ ਇਨਸਾਨ ਕਿਸੇ ਦੂਸਰੀ ਦੁਨੀਆ ਤੋਂ ਆਇਆ ਸੀ, ਮਤਲਬ ਪੈਰਲਲ ਯੂਨੀਵਰਸ ਤੋਂ ਟਾਈਮ ਟਰੈਵਲ ਕਰਕੇ ਇੱਥੇ ਆਇਆ ਸੀ, ਜੋ ਬਾਅਦ ਵਿੱਚ ਆਪਣੇ ਯੂਨੀਵਰਸ ਵਿੱਚ ਵਾਪਸ ਚਲਾ ਗਿਆ। ਜਿਸ ਤਰ੍ਹਾਂ ਆਪਣੇ ਏਅਰਪੋਰਟ ਅਧਿਕਾਰੀਆਂ ਨੇ ਟੋਰਿਡ ਦੇਸ਼ ਦਾ ਨਾਮ ਨਹੀਂ ਸੁਣਿਆ ਸੀ, ਉਸ ਤਰ੍ਹਾਂ ਉਸਨੇ ਵੀ ਅੰਡੋਰਾ ਦੇਸ਼ ਦਾ ਨਾਮ ਨਹੀਂ ਸੁਣਿਆ ਹੋਵੇਗਾ। ਹੁਣ ਜਿਹੜੇ ਵੀ ਲੋਕ ਪੈਰਲਲ ਯੂਨੀਵਰਸ ਤੇ ਟਾਈਮ ਟਰੈਵਲ ਵਿੱਚ ਵਿਸ਼ਵਾਸ ਰੱਖਦੇ ਨੇ ਉਹ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰ ਸਕਦੇ ਨੇ, ਪਰ ਜਿਹੜੇ ਲੋਕ ਇਹ ਚੀਜ਼ਾਂ ਨੂੰ ਨਹੀਂ ਮੰਨਦੇ ਉਹਨਾਂ ਦੇ ਦਿਮਾਗ ਵਿੱਚ ਇਹੀ ਸਵਾਲ ਚੱਲ ਰਿਹਾ ਸੀ ਕਿ ਕੀ ਸੱਚਮੁੱਚ ਪੈਰਲਲ ਯੂਨੀਵਰਸ ਨਾਮ ਦੀ ਕੋਈ ਚੀਜ਼ ਹੁੰਦੀ ਹੈ ਤੇ ਕੀ ਸੱਚਮੁੱਚ ਟਾਈਮ ਟਰੈਵਲ ਕਰਕੇ ਭੂਤਕਾਲ ਜਾਂ ਭਵਿੱਖਕਾਲ ਵਿੱਚ ਜਾਇਆ ਜਾ ਸਕਦਾ ਹੈ ਜਿਸ ਤਰ੍ਹਾਂ ਉਹ ਬੰਦਾ ਟੋਰਿਡ ਦੇਸ਼ ਤੋਂ ਆ ਗਿਆ। ਤਾਂ ਸਾਰੇ ਵਿਗਿਆਨੀ ਤਾਂ ਨਹੀਂ, ਪਰ ਕੁਝ ਵਿਗਿਆਨਕਾਂ ਦਾ ਗਰੁੱਪ ਇਹ ਮੰਨਦਾ ਹੈ ਕਿ ਪੈਰਲਲ ਯੂਨੀਵਰਸ ਹੋ ਸਕਦਾ ਹੈ, ਮਤਲਬ ਹੋਰ ਬਹੁਤ ਸਾਰੇ ਥਾਵਾਂ ਤੇ ਆਪਣੀ ਧਰਤੀ ਦੀ ਤਰ੍ਹਾਂ ਜ਼ਿੰਦਗੀ ਹੋ ਸਕਦੀ ਹੈ। ਉਹ ਮੰਨਦੇ ਨੇ ਕਿ ਇਸ ਤਰ੍ਹਾਂ ਦੇ ਕਈ ਬ੍ਰਹਿਮੰਡ ਨੇ ਜੋ ਲਗਾਤਾਰ ਬਣਦੇ ਰਹਿੰਦੇ ਨੇ। ਇਸ ਨੂੰ ਸਾਬਿਤ ਕਰਨ ਲਈ ਵਿਗਿਆਨੀਆਂ ਨੇ ਕਈ ਸਿਧਾਂਤ ਪੇਸ਼ ਕੀਤੇ ਨੇ ਜਿਨ੍ਹਾਂ ਨੂੰ ਅੱਜ ਤੱਕ ਗਲਤ ਵੀ ਨਹੀਂ ਕਿਹਾ ਜਾ ਸਕਿਆ ਤੇ ਸਹੀ ਸਾਬਿਤ ਵੀ ਨਹੀਂ ਕੀਤਾ ਜਾ ਸਕਿਆ। ਵਿਗਿਆਨੀ ਕਹਿੰਦੇ ਨੇ ਕਿ ਜੇਕਰ ਅੰਤਰਿਕਸ਼ ਵਿੱਚ ਮੌਜੂਦ ਬਲੈਕ ਹੋਲ ਵਿੱਚੋਂ ਦੂਸਰੀ ਸਾਈਡ ਲੰਘਿਆ ਜਾਵੇ ਤਾਂ ਦੂਸਰੇ ਬ੍ਰਹਿਮੰਡ ਵਿੱਚ ਜਾਇਆ ਜਾ ਸਕਦਾ ਹੈ। ਦੱਸ ਦਈਏ ਕਿ ਇਹ ਇੰਨਾ ਜ਼ਿਆਦਾ ਦੂਰ ਹੈ, ਜੇਕਰ ਤੁਸੀਂ ਬਿਨਾਂ ਰੁਕੇ ਪੂਰਾ ਸਾਲ ਬਿਜਲੀ ਜਿੰਨੀ ਸਪੀਡ ਨਾਲ ਯਾਤਰਾ ਕਰੋ ਤਾਂ ਵੀ ਤੁਹਾਨੂੰ ਉੱਥੇ ਪਹੁੰਚਣ ਲਈ ਘੱਟੋ ਘੱਟ 1560 ਸਾਲ ਲੱਗ ਜਾਣਗੇ। ਇਸੇ ਲਈ ਇਸ ਨੂੰ ਨਾ ਤਾਂ ਗਲਤ ਤੇ ਨਾ ਹੀ ਸਹੀ ਕਿਹਾ ਗਿਆ। ਦੂਸਰਾ, ਬਹੁਤ ਸਾਰੇ ਧਾਰਮਿਕ ਗ੍ਰੰਥਾਂ ਵਿੱਚ ਵੀ ਹੋਰ ਬ੍ਰਹਿਮੰਡਾਂ ਦਾ ਜ਼ਿਕਰ ਆਉਂਦਾ ਹੈ, ਜਿਸ ਤੋਂ ਬਾਅਦ ਇੱਕ ਹੋਰ ਉਮੀਦ ਮਿਲ ਜਾਂਦੀ ਹੈ ਕਿ ਹੋ ਸਕਦਾ ਭਵਿੱਖ ਵਿੱਚ ਅਸੀਂ ਕਿਸੇ ਹੋਰ ਦੁਨੀਆ ਬਾਰੇ ਪਤਾ ਲਗਾ ਸਕੀਏ। ਜੇਕਰ ਗੱਲ ਕਰੀਏ ਟਾਈਮ ਟਰੈਵਲ ਦੀ, ਮਤਲਬ ਸਮਾਂ ਯਾਤਰਾ ਕਰਨ ਦੀ, ਤਾਂ ਕਿਹਾ ਜਾਂਦਾ ਕਿ ਉਹ ਇਨਸਾਨ ਵੀ ਸਮਾਂ ਯਾਤਰਾ ਕਰਕੇ ਹੀ ਆਇਆ ਹੋ ਸਕਦਾ ਹੈ। ਹੋ ਸਕਦਾ ਭਵਿੱਖ ਵਿੱਚ ਕੋਈ ਟੋਰਿਡ ਨਾਮ ਦਾ ਦੇਸ਼ ਹੋਵੇ ਤੇ ਉਹ ਭੂਤਕਾਲ ਵਿੱਚ ਵਾਪਸ ਆਇਆ ਹੋਵੇ। ਹੁਣ ਤੱਕ ਬਹੁਤ ਸਾਰੇ ਲੋਕ ਸਮਾਂ ਯਾਤਰਾ ਕਰਨ ਦਾ ਦਾਅਵਾ ਵੀ ਕਰ ਚੁੱਕੇ ਨੇ ਤੇ ਉਹ ਦੱਸਦੇ ਵੀ ਰਹਿੰਦੇ ਨੇ ਕਿ ਅੱਗੇ ਕੀ ਹੋਣ ਵਾਲਾ। ਬਹੁਤ ਸਾਰੀਆਂ ਕਹਾਣੀਆਂ ਸਮਾਂ ਯਾਤਰਾ ਬਾਰੇ ਬਣਾਈਆਂ ਗਈਆਂ ਨੇ, ਪਰ ਵਿਗਿਆਨਕਾਂ ਮੁਤਾਬਕ ਅੱਜ ਦੀ ਡੇਟ ਵਿੱਚ ਸਮਾਂ ਯਾਤਰਾ ਕਰਨਾ ਬਹੁਤ ਮੁਸ਼ਕਲ ਹੈ ਜਾਂ ਅਸੰਭਵ ਕਹਿ ਸਕਦੇ ਹਾਂ, ਪਰ ਭਵਿੱਖ ਵਿੱਚ ਇਹਦੇ ਬਾਰੇ ਜ਼ਰੂਰ ਸੋਚਿਆ ਜਾ ਸਕਦਾ ਹੈ। ਫਿਰ ਵੀ ਸਮਾਂ ਯਾਤਰਾ ਕਰਨ ਵਾਲੇ ਲੋਕ ਸਾਹਮਣੇ ਆਉਂਦੇ ਰਹਿੰਦੇ ਨੇ, ਉਹਨਾਂ ਬਾਰੇ ਇੱਕ ਅਲੱਗ ਤੋਂ ਵੀਡੀਓ ਲੈ ਕੇ ਆਵਾਂਗੇ। ਪਰ ਫਿਲਹਾਲ ਗੱਲ ਕਰੀਏ ਟੋਰਿਡ ਦੇਸ਼ ਤੋਂ ਆਉਣ ਵਾਲੇ ਰਹੱਸਮਈ ਇਨਸਾਨ ਦੀ, ਤਾਂ ਇਹ ਰਹੱਸਮਈ ਘਟਨਾ ਦੇ ਉੱਪਰ ਇੱਕ ਡਾਇਰੈਕਟਰੀ ਆਫ ਪੋਸੀਬਿਲਟੀਜ਼ ਨਾਮ ਦੀ ਮਸ਼ਹੂਰ ਕਿਤਾਬ ਲਿਖੀ ਜਾ ਚੁੱਕੀ ਹੈ ਤੇ ਨੈੱਟਫਲਿਕਸ ਦੇ ਉੱਪਰ ਕਈ ਡਾਕੂਮੈਂਟਰੀਜ਼ ਵੀ ਇਹ ਘਟਨਾ ਦੇ ਉੱਪਰ ਬਣ ਚੁੱਕੀਆਂ ਨੇ। ਵੈਸੇ ਤਾਂ ਅੱਜ ਤੱਕ ਉਹ ਬੰਦੇ ਦਾ ਰਹੱਸ ਪੂਰੀ ਤਰ੍ਹਾਂ ਨਹੀਂ ਖੁੱਲ ਸਕਿਆ, ਪਰ ਸਾਲ 1960 ਵਿੱਚ ਕੈਨੇਡਾ ਦੇ ਇੱਕ ਅਖਬਾਰ ਦ ਪ੍ਰੋਵਿੰਸ ਵਿੱਚ ਇੱਕ ਬੰਦੇ ਦੀ ਕਹਾਣੀ ਪ੍ਰਕਾਸ਼ਿਤ ਕੀਤੀ ਗਈ ਜਿਸਨੇ ਟੋਰਿਡ ਦੇਸ਼ ਤੋਂ ਆਏ ਬੰਦੇ ਦੀ ਕਹਾਣੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਜਿਹੜੇ ਬੰਦੇ ਬਾਰੇ ਇਹ ਅਖਬਾਰ ਵਿੱਚ ਗੱਲ ਕੀਤੀ ਗਈ ਸੀ ਇਹ ਬੰਦੇ ਦੀ ਕਹਾਣੀ ਟੋਰਿਡ ਦੇਸ਼ ਤੋਂ ਆਏ ਬੰਦੇ ਦੀ ਕਹਾਣੀ ਨਾਲ ਮੇਲ ਖਾਂਦੀ ਹੈ। ਇਹ ਕਹਾਣੀ ਮੁਤਾਬਕ ਜੌਹਨ ਐਲਨ ਕੁਚਰ ਜੈਗਰਸ ਨਾਮ ਦਾ ਇੱਕ 36 ਸਾਲਾਂ ਦਾ ਬੰਦਾ ਵੀ ਜਾਪਾਨ ਦੇ ਏਅਰਪੋਰਟ ਤੇ ਨਕਲੀ ਕਾਗਜ਼ਾਤਾਂ ਨਾਲ ਫੜਿਆ ਗਿਆ ਸੀ, ਜਿਸ ਦੇ ਕੋਲ ਜਾਪਾਨ ਦੀ 2,00,000 ਕਰੰਸੀ ਵੀ ਮੌਜੂਦ ਸੀ। ਉਹ ਵੀ ਕਈ ਦੇਸ਼ਾਂ ਵਿੱਚ ਘੁੰਮਦਾ ਰਹਿੰਦਾ ਸੀ ਕਿਉਂਕਿ ਉਸਦੇ ਪਾਸਪੋਰਟ ਤੇ ਕਈ ਦੇਸ਼ਾਂ ਦੇ ਸਟੈਂਪ ਲੱਗੇ ਹੋਏ ਸੀ। ਟੋਕੀਓ ਪੁਲਿਸ ਕੋਲ ਅੱਜ ਵੀ ਉਸਦਾ ਰਿਕਾਰਡ ਮੌਜੂਦ ਹੈ। ਪਤਾ ਲੱਗਿਆ ਸੀ
ਕਿ ਉਹ ਹਥਿਆਰਾਂ ਦੀ ਤਸਕਰੀ ਕਰਨ ਲਈ ਜਾਪਾਨ ਵਿੱਚ ਦਾਖਲ ਹੋਣਾ ਚਾਹੁੰਦਾ ਸੀ। ਉਸਨੇ ਆਪਣੇ ਆਪ ਨੂੰ ਅਮਰੀਕਾ ਦਾ ਏਜੰਟ ਵੀ ਦੱਸਿਆ ਤੇ ਉਸਨੇ ਦੂਸਰੇ ਵਿਸ਼ਵ ਯੁੱਧ ਵਿੱਚ ਵੀ ਹਿੱਸਾ ਲਿਆ ਸੀ। ਜੈਗਰਸ ਨਾਮ ਦੇ ਇਹ ਬੰਦੇ ਨੂੰ 1 ਸਾਲ ਦੀ ਸਜ਼ਾ ਤੋਂ ਬਾਅਦ ਛੱਡ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਸਦਾ ਕੋਈ ਵੀ ਅਤਾ ਪਤਾ ਨਹੀਂ ਲੱਗ ਸਕਿਆ ਕਿ ਉਹ ਕਿੱਧਰ ਗਿਆ। ਸਜ਼ਾ ਪੂਰੀ ਹੋਣ ਤੋਂ ਬਾਅਦ ਉਸਨੂੰ ਕਿਸੇ ਨੇ ਨਹੀਂ ਦੇਖਿਆ, ਪਰ ਉਸਦੇ ਨਕਲੀ ਪਾਸਪੋਰਟ ਤੇ ਦੇਸ਼ ਦਾ ਨਾਮ ਟੈਮਿਨ ਰੈਸਟ ਲਿਖਿਆ ਹੋਇਆ ਸੀ। ਇਹ ਕੋਈ ਦੇਸ਼ ਤਾਂ ਨਹੀਂ ਹੈਗਾ, ਪਰ ਉੱਤਰੀ ਅਫਰੀਕਾ ਦੇ ਅਲਜੀਰੀਆ ਦੇਸ਼ ਦਾ ਇੱਕ ਸੂਬਾ ਜ਼ਰੂਰ ਹੈ ਜਿੱਥੇ ਟੌਰਿਗ ਨਾਮ ਦਾ ਇੱਕ ਕਬੀਲਾ ਰਹਿੰਦਾ ਹੈ। ਹੁਣ ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਟੌਰਿਗ ਤੇ ਟੌਰਿਡ ਨਾਮ ਦੋਵੇਂ ਇੱਕ ਦੂਸਰੇ ਨਾਲ ਕਾਫੀ ਮਿਲਦੇ ਜੁਲਦੇ ਨੇ, ਤਾਂ ਕੁਝ ਲੋਕ ਮੰਨਦੇ ਨੇ ਕਿ ਟੌਰਿਡ ਦੇਸ਼ ਤੋਂ ਆਉਣ ਵਾਲੇ ਰਹੱਸਮਈ ਬੰਦੇ ਦੀ ਕਹਾਣੀ ਜੈਗਰਸ ਦੀ ਕਹਾਣੀ ਤੋਂ ਪ੍ਰੇਰਿਤ ਹੋ ਸਕਦੀ ਹੈ। ਇਸੇ ਤਰ੍ਹਾਂ ਵਿਕੀਪੀਡੀਆ ਤੇ ਵੀ ਟੌਰਿਡ ਦੇਸ਼ ਤੋਂ ਆਉਣ ਵਾਲੇ ਰਹੱਸਮਈ ਬੰਦੇ ਦੀ ਕਹਾਣੀ ਨੂੰ ਇਹ ਕਹਾਣੀ ਨਾਲ ਜੋੜ ਕੇ ਦਿਖਾਇਆ ਗਿਆ। ਜਾਪਾਨ ਦੇ ਕਈ ਅਖਬਾਰਾਂ ਵਿੱਚ ਵੀ ਇਹ ਦੋਵੇਂ ਕਹਾਣੀਆਂ ਨੂੰ ਆਪਸ ਵਿੱਚ ਜੋੜ ਕੇ ਦਿਖਾਇਆ ਜਾਂਦਾ ਹੈ। ਜਿੱਥੋਂ ਤੱਕ ਲੱਗਦਾ ਹੈ ਕਿ ਟੌਰਿਡ ਦੇਸ਼ ਤੋਂ ਆਉਣ ਵਾਲੇ ਬੰਦੇ ਦਾ ਰਹੱਸ ਹੁਣ ਤੱਕ ਪੂਰੀ ਤਰ੍ਹਾਂ ਨਹੀਂ ਖੁੱਲ ਸਕਿਆ ਤੇ ਹੋ ਸਕਦਾ ਅੱਗੇ ਜਾ ਕੇ ਵੀ ਨਾ ਖੁੱਲੇ, ਪਰ ਆਉਣ ਵਾਲੇ ਸਮੇਂ ਵਿੱਚ ਦੂਸਰੇ ਬ੍ਰਹਿਮੰਡ ਦਾ ਰਹੱਸ ਜ਼ਰੂਰ ਖੁੱਲ ਸਕਦਾ। ਇਹ ਚੀਜ਼ ਨੂੰ ਬਹੁਤ ਸਾਰੇ ਵਿਗਿਆਨਕ ਵੀ ਮੰਨਦੇ ਨੇ। ਤਾਂ ਟੌਰਿਡ ਦੇਸ਼ ਤੋਂ ਆਉਣ ਵਾਲੇ ਬੰਦੇ ਦੀ ਘਟਨਾ ਨੂੰ ਅੱਜ ਵੀ ਦੁਨੀਆ ਦੀਆਂ ਅਣਸੁਲਝੀਆਂ ਪਹੇਲੀਆਂ ਵਿੱਚ ਰੱਖਿਆ ਗਿਆ। ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਜੇਕਰ ਇਹ ਵੀਡੀਓ ਚੰਗੀ ਲੱਗੇ ਤਾਂ ਇੱਕ ਲਾਈਕ ਕਰ ਸਕਦੇ ਹੋ, ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ। ਆਪਣੇ ਕਿਸੇ ਖਾਸ ਟੌਪਿਕ ਦੇ ਵੀਡੀਓ ਦੇਖਣ ਲਈ ਵੀ ਸਾਨੂੰ ਕਮੈਂਟ ਕਰਕੇ ਸੁਜੈਸਟ ਕਰ ਸਕਦੇ ਹੋ, ਅਸੀਂ ਜਲਦੀ ਵੀਡੀਓ ਲੈ ਕੇ ਆਵਾਂਗੇ। ਤਾਂ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ।